मैं राजेंद्र पाल कौर, ईजीटी अध्यापिका, सरकारी प्राइमरी स्कूल शुक्रपुरा, बटाला 2, डिस्ट्रिक्ट गुरदासपुर। अज इस सुंदर लिखाई दे मंच तो मैं तुहानूं ब्लैक बोर्ड दे जादूगर नाल मिलाउण जा रही हाँ। हाँ जी, सरदार गोपाल सिंह जी, स्कूल इंचार्ज सरकारी मिडल स्कूल रटौला, जिला संगरूर तो। हाँ जी सर, तुसीं सानूं इह दसो कि बचपन तो ही तुसीं इन्ना सुंदर लिखते सी। सरदार गोपाल जी, ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਡਮ, ਜੇਕਰ ਦੇਖਿਆ ਜਾਵੇ ਤਾਂ ਮੈਂ ਬਚਪਨ ਤੋਂ ਨਾ, ਜਦੋਂ ਮੈਂ 5ਵੀਂ 'ਚ ਪੜ੍ਹਦਾ ਸੀਗਾ, ਫੱਟੀਆਂ 'ਤੇ ਲਿਖਦੇ ਸੀ, ਤਾਂ ਮੇਰੀ ਲਿਖਾਈ ਉਦੋਂ ਤੋਂ ਹੀ ਬਹੁਤ ਵਧੀਆ ਜੀ। ਅਤੇ ਮੈਂ ਕੰਪੀਟੀਸ਼ਨ ਦੇ ਵਿੱਚ ਜਾਂਦਾ ਰਿਹਾ ਅਤੇ 9ਵੀਂ 'ਚ ਮੈਂ ਸਟੇਟ ਲੈਵਲ ਤੱਕ ਪਹੁੰਚਿਆ ਜੀ। ਅਤੇ ਉਸ ਵੇਲੇ ਤੁਸੀਂ ਮੇਰੇ ਟੀਚਰ ਮੈਂ ਸਾਹਿਬਾਨ ਮੈਨੂੰ ਬਹੁਤ ਅੱਛੇ ਮਿਲੇ, ਜਿਨ੍ਹਾਂ ਨੇ ਮੈਨੂੰ ਸੁੰਦਰ ਲਿਖਾਈ ਦੇ ਬਹੁਤ ਵਧੀਆ ਟਿਪਸ ਦਿੱਤੇ। ਪਰੰਤੂ ਜਦੋਂ ਇਹ ਆਉਣ ਸਮੇਂ ਦੇ ਨਾਲ ਅੱਗੇ ਅੱਗੇ ਆਉਂਦੇ ਗਏ ਤਾਂ ਹੋਰ ਨਿਖਾਰ ਆਉਂਦਾ ਗਿਆ, ਤਾਂ ਠੀਕ ਹੈ ਸਰ। ਦਿਨੋ ਦਿਨ ਪ੍ਰਤੀ ਦਿਨ ਇਸ ਦੇ ਵਿੱਚ ਬਦਲਾਅ ਆਉਂਦੇ ਰਹੇ। ਤੇ ਸਰ, ਜਿਸ ਤਰ੍ਹਾਂ ਤੁਹਾਡਾ ਐਕਟੀਵਿਟੀ ਪੇਜ ਸਕੂਲ, ਪੰਜਾਬ ਸਕੂਲ ਐਜੂਕੇਸ਼ਨ ਦਾ ਐਕਟੀਵਿਟੀ ਪੇਜ ਹੈ ਫੇਸਬੁੱਕ ਤੇ, ਉਹਦੇ ਤੁਹਾਡੇ ਡੇਲੀ ਲਿਖਤਾਂ ਆਉਂਦੀਆਂ ਨੇ, ਤੇ ਇਹ ਤੁਸੀਂ ਡੇਲੀ ਹੀ ਲਿਖਦੇ ਹੋ, ਇੰਨਾ ਅਭਿਆਸ, ਇੰਨਾ ਸਾਰਾ ਕੰਮ ਤੁਸੀਂ ਡੇਲੀ ਕਰਦੇ ਹੋ? ਹਾਂਜੀ ਹਾਂ ਮੈਡਮ ਜੀ, ਬਿਲਕੁਲ ਡੇਲੀ ਲਿਖਦਾ ਜੀ। ਮੈਂ ਆਪਣੀ ਜ਼ਿੰਦਗੀ ਦਾ ਇੱਕ ਪ੍ਰਣ ਕੀਤਾ ਹੋਇਆ ਹੈ ਕਿ ਮੈਂ ਹਰ ਰੋਜ਼ ਲਿਖਣਾ ਹੁੰਦਾ, ਭਾਵੇਂ ਮੈਂ ਛੁੱਟੀ ਤੇ ਹੋਵਾਂ ਤਾਂ ਵੀ ਮੈਂ ਆਪਣੇ ਸਕੂਲ ਜਾਂਦਾ ਹਾਂ। ਛੁੱਟੀ ਵਾਲੇ ਦਿਨ ਤਾਂ ਉਸ ਦਿਨ ਮੈਂ ਆਪਣੇ ਸਕੂਲ ਦੇ ਵਿੱਚ ਜਾ ਕੇ ਬਲੈਕ ਬੋਰਡ ਤੇ ਲਿਖ ਕੇ ਜ਼ਰੂਰ ਆਉਂਦਾ ਹਾਂ। ਮੈਂ ਉਸ ਦਿਨ ਕੀ ਕਰਦਾ ਤੇ ਮੈਂ 6 ਵਜੇ ਸਕੂਲ ਜਾਂਦਾ ਜੀ, ਤੇ 6 ਵਜੇ ਜਾ ਕੇ 7 ਵਜੇ ਦੇ ਕਰੀਬ ਮੇਰੀ ਬਲੈਕ ਬੋਰਡ ਰਾਈਟਿੰਗ ਦਾ ਮੇਰਾ ਪੂਰਾ ਸਭ ਕੁਝ ਹੋ ਜਾਂਦਾ ਜੀ, ਕੰਮ ਸਮਾਪਤ ਹੋ ਜਾਂਦਾ, ਤੇ ਮੈਂ ਉਸ ਤੋਂ ਬਾਅਦ ਆਪਣੇ ਆ ਕੇ ਜਿਸ ਪਰਪਜ ਲਈ ਮੈਂ ਛੁੱਟੀ ਲਈ ਉੱਥੇ ਜਾਣਾ ਜੀ। ਤਾਂ ਇਹ ਮੇਰੇ ਇੱਕ ਜ਼ਿੰਦਗੀ ਦਾ ਏਮ ਬਣਾ ਲਿਆ ਜੀ ਮੈਂ। ਤੇ ਲੋਕਡਾਊਨ ਦੇ ਦੌਰਾਨ ਵੀ ਮੈਂ, ਆਪ ਸਭ ਨੇ ਦੇਖੀ ਹੈ ਕਿ ਲੋਕਡਾਊਨ ਦੇ ਦੌਰਾਨ ਵੀ ਮੈਂ ਇਹ ਕੰਮ ਨੂੰ ਜਾਰੀ ਰੱਖਿਆ। ਲੋਕਡਾਊਨ ਦੇ ਸਮੇਂ ਦੇ ਵਿੱਚ ਮੈਂ 200 ਤੋਂ ਜ਼ਿਆਦਾ ਬਲੈਕ ਬੋਰਡ ਰਾਈਟਿੰਗ ਦੀਆਂ ਪੋਸਟ ਆਪਣੇ ਪੇਜ ਤੋਂ ਸ਼ੇਅਰ ਕਰ ਚੁੱਕਿਆ ਜੀ, ਜਿਸ ਨੂੰ ਬਹੁਤ ਮਾਣ ਮਿਲਿਆ ਤੇ ਸਿੱਖਿਆ ਡਿਪਾਰਟਮੈਂਟ ਨੇ ਮੈਨੂੰ ਬਹੁਤ ਵੱਡਾ ਮਾਣ ਵੀ ਦਿੱਤੇ ਨੇ ਉਹਦੇ ਬਦਲੇ। ਤੋ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਕਿ ਗੋਪਾਲ ਜੀ ਕਹਿ ਰਹੇ ਨੇ ਕਿ ਮੈਂ 6 ਵਜੇ ਜਾ ਕੇ ਆਪਣੇ ਸਕੂਲ ਵਿੱਚ ਆਪਣਾ ਬਲੈਕ ਬੋਰਡ ਰਾਈਟ ਡਾਊਨ ਕਰਦਾ ਹਾਂ, ਤੇ ਤੁਸੀਂ ਦੇਖੋ ਜੇ ਇੱਕ ਪਰਸਨੈਲਿਟੀ ਹੈ ਉਹ ਇੰਨਾ ਕੰਮ ਕਰ ਸਕਦੀ ਹੈ, ਤੇ ਬਾਕੀ ਅਸੀਂ ਵੀ ਸਾਰੇ ਉਸੇ ਤਰ੍ਹਾਂ ਪਰਮਾਤਮਾ ਦੀ, ਸਾਨੂੰ ਵੀ ਬਖਸ਼ਿਸ਼ ਹੈ, ਤੇ ਅਸੀਂ ਵੀ ਇਹ ਸਾਰਾ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਕੇ ਮਿਹਰ ਦੇ ਨਾਲ ਅਸੀਂ ਆਪਣਾ ਨਾਮ ਉੱਚਾ ਕਰ ਸਕਦੇ ਹਾਂ। ਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਗੋਪਾਲ ਜੀ, ਤੁਸੀਂ ਆਪਣੇ ਸਾਡਾ ਵਿਚਾਰ, ਸੁੰਦਰ ਲਿਖਾਈ ਬਾਰੇ ਵਿਚਾਰ ਸਾਂਝੇ ਕੀਤੇ। ਧੰਨਵਾਦ।